ਅੱਜ ਜੋ ਮੈਂ ਦੇਖ ਰਿਹਾ ਦੇਸ਼ ਵਿੱਚ, ਅੱਜ ਜੋ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਦੇ ਬਿਆਨ ਸੁਣ ਰਿਹਾ, ਬਹੁਤ ਖਤਰਨਾਕ ਬਿਆਨ ਹੈ। ਪਹਿਲੇ ਬਿਆਨ ਸੁਣਿਆ ਕਿ ਜੇ ਤੁਸੀਂ ਬੀਜੇਪੀ ਨੂੰ ਨਾ ਵੋਟਾਂ ਪਾਈਆਂ ਤੁਹਾਡੇ ਸਾਰਿਆਂ ਦੇ ਮੰਗਲ ਸੂਤਰ ਖੋਲ੍ਹ ਲੈਣਗੇ। 70 ਸਾਲ ਤੱਕ ਕਿਸੇ ਨੇ ਖੋਏ ਨਹੀਂ, ਹੁਣ ਕਿੱਥੇ ਖੋਲ੍ਹਣਗੇ। ਫਿਰ ਉਹਨਾਂ ਨੇ, ਹੁਣ ਮੈਂ ਕੱਲ੍ਹ ਬਿਆਨ ਸੁਣਿਆ ਸੀ, ਮੈਂ ਤਾਂ ਪਤਾ ਨਹੀਂ ਇਹੋ ਜਿਹੇ ਬਿਆਨ, ਕੱਲ੍ਹ ਮੈਂ ਬਿਆਨ ਸੁਣਿਆ ਯੂਪੀ 'ਚ, ਉਹਨਾਂ ਦਾ ਬਿਆਨ ਸੀ ਕਿ ਜੇ ਤੁਸੀਂ ਓਪੋਜੀਸ਼ਨ ਨੂੰ ਬਣਾ ਤਾ ਤੁਹਾਡੇ ਘਰਾਂ 'ਚ ਜੇ ਟੂਟੀਆਂ ਹੈ ਪਾਣੀ ਵਾਲੀਆਂ, ਪਾਣੀ ਨਿਕਲਦਾ ਟੂਟੀਆਂ ਪੱਟ ਕੇ ਲੈ ਜਾਣਗੇ, ਜਿਹੜੇ ਤੁਹਾਡੇ ਬਿਜਲੀ ਦੇ ਕਨੈਕਸ਼ਨ ਆ ਮੋਟਰਾਂ ਪੱਟ ਕੇ ਲੈ ਜਾਣਗੇ ਜੇ ਸਰਕਾਰ ਉਹਨਾਂ ਦੀ ਆ ਗਈ। ਕੋਈ ਇਹੋ ਜਿਹੇ ਬਿਆਨ ਪ੍ਰਧਾਨ ਮੰਤਰੀ ਨੂੰ ਦੇਣਾ ਚਾਹੀਦਾ, ਦੇਸ਼ ਕਿਵੇਂ ਅੱਗੇ ਲੈ ਕੇ ਜਾਵਾਂਗੇ, ਦੇਸ਼ ਵਾਸਤੇ ਕੀਤਾ ਕੀ ਹੈ। ਹੁਣ ਤਾਂ ਟੂਟੀਆਂ ਦੇ ਆ ਗਏ, ਮੋਟਰਾਂ ਦੇ ਆ ਗਏ, ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ, ਪੰਜਾਬ ਬਚਾ ਲਓ। ਆਪਾਂ ਪੱਲੇ ਪੈ ਗਏ ਹਾਂ ਇਹੋ ਜਿਹੇ ਮਾੜੇ ਬੰਦਿਆਂ ਦੇ। ਮੈਂ ਪਸ਼ੂ ਮੇਲੇ ਕਰਾਉਂਦਾ ਸੀ ਕਿ ਨੌਜਵਾਨਾਂ ਵਿੱਚ ਜਾਨਵਰਾਂ ਦਾ ਸ਼ੌਂਕ ਮਿਲੇ, ਮੱਝਾਂ ਗਾਈਆਂ ਬਹੁਤ ਟੌਪ ਕੁਆਲਿਟੀ ਦੇ ਪੰਜਾਬੀ ਰੱਖਣ ਲੱਗ ਗਏ, ਬੰਦ ਹੈ। ਘੋੜਿਆਂ ਦੇ ਮੇਲੇ ਕਰਾਉਂਦਾ ਸੀ, ਸਾਰੇ ਬੰਦ ਹੈ। ਮੁੱਖ ਮੰਤਰੀ ਬਾਦਲ ਸਾਹਿਬ ਤੁਹਾਡੇ ਮੁੱਖ ਮੰਤਰੀ ਸੀ, ਤੁਹਾਡੇ ਵਿੱਚ ਰਹਿੰਦੇ ਸੀ, ਮੁੱਖ ਮੰਤਰੀ ਬਾਦਲ ਸਾਹਿਬ ਤੁਹਾਡੇ ਸੀ, ਤੁਹਾਡੇ ਵਿੱਚ ਰਹਿੰਦੇ ਸੀ, ਸੰਗਤ ਦਰਸ਼ਨ ਕਰਦੇ ਸੀ। 10 ਸਾਲ ਕੈਪਟਨ ਰਿਹਾ, ਆਪਣੇ ਫਾਰਮ ਹਾਊਸ ਤੋਂ ਬਾਹਰ ਨਿਕਲਿਆ ਨਹੀਂ, ਤੇ ਆਹ ਦੇਖੋ ਝਾੜੂ ਵਾਲੇ ਨੇ ਕੀ ਕੀਤਾ ਹੈ। ਅੱਜ ਆਹ ਮੁੱਖ ਮੰਤਰੀ ਕਹਿਣ ਦੇ ਲਾਇਕ ਹੈ? ਆਪਾਂ ਕੋਈ ਦਿਖਾ ਸਕਦੇ ਕਿ ਸਾਡਾ ਮੁੱਖ ਮੰਤਰੀ ਆ ਜਿਹਨੂੰ ਮਰਿਆਦਾ ਦਾ ਨਹੀਂ ਪਤਾ ਕਿ ਉਸ ਕੁਰਸੀ ਦੀ ਮਰਿਆਦਾ ਕੀ ਹੈ? ਪਿਛਲੇ 3 ਸਾਲ ਆਪਣੇ ਖਰਾਬ ਹੋ ਗਏ ਆ। ਜੇ ਆਪਾਂ ਬਾਰ ਬਾਰ ਜ਼ਿੰਦਗੀ ਆਪਾਂ ਖਰਾਬ ਕਰਦੇ ਹਾਂ ਗਲਤ ਫੈਸਲੇ ਕਰਕੇ, ਨੁਕਸਾਨ ਬਹੁਤ ਵੱਡਾ ਆਪਣਾ ਹੁੰਦਾ ਹੈ। ਤੁਸੀਂ ਪਹਿਲੇ 5 ਸਾਲ ਕੈਪਟਨ ਦੀ ਸਰਕਾਰ ਦੇ ਖਰਾਬ ਕਰ ਲਏ, 5 ਸਾਲ ਇਹਦਾ ਮਤਲਬ 10 ਸਾਲ ਖਰਾਬ ਹੋ ਗਏ ਆ। ਆਪਣੇ ਨਾਲ ਦੇ ਗੁਆਂਢੀ ਸੂਬੇ ਕਿੱਥੇ ਨੂੰ ਕਿੱਥੇ ਚਲੇ ਗਏ, ਆਪਣੀਆਂ ਬ੍ਰੇਕਾਂ ਲੱਗ ਗਈਆਂ ਬੜੀ ਤੇਜ਼ੀ ਨਾਲ, ਸਪੀਡ ਨਾਲ। ਅਕਾਲੀ ਸਰਕਾਰ ਵਿੱਚ ਕੰਮ ਹੋ ਰਿਹਾ ਸੀ, ਡਿਵੈਲਪਮੈਂਟ ਹੋ ਰਹੀ ਸੀ, ਚਾਰੋਂ ਤਰਫ ਕੰਸਟਰਕਸ਼ਨ ਦੇਖਦੇ ਸੀ, ਸਾਰਾ ਕੁਛ ਹੀ ਰੋਕ ਦਿੱਤਾ ਕਿਉਂਕਿ ਅਕਾਲੀ ਦਲ ਦਾ ਘਰ ਆ ਹੈ, ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ। ਆ ਕਾਂਗਰਸ ਦੀਆਂ ਦਾ, ਝਾੜੂ ਵਾਲਿਆਂ ਦਾ ਸਣੇ, ਬੀਜੇਪੀ ਦਾ ਇਹਨਾਂ ਦਾ ਕੋਈ ਲਗਾ ਨਹੀਂ। ਉਹਨਾਂ ਜੋ ਉਹਨਾਂ ਦੇ ਸੈਂਟਰ ਦੇ ਲੀਡਰ ਕਹਿੰਦੇ ਆ ਉਹੀ ਕਰਨਾ ਇਹਨਾਂ ਨੇ। ਜਿਹੜੀ ਵੱਡੀ ਗੱਲ ਅਕਾਲੀ ਦਲ ਦੀ ਸੋਚ ਹੈ, ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਦੀ ਹੈ ਪਾਰਟੀ। ਸਾਡੀ ਸੋਚ ਹੈ ਸਰਬੱਤ ਦਾ ਭਲਾ ਹੋਏ, ਸਾਰਿਆਂ ਦਾ ਭਲਾ ਹੋਏ। ਅਕਾਲੀ ਦਲ ਇੱਕ ਸੈਕੂਲਰ ਪਾਰਟੀ ਹੈ, ਸਿੱਖ ਕੌਮ ਵੀ ਸੈਕੂਲਰ ਹੈ। ਦੇਖੋ ਆਪਣੇ 9ਵੇਂ ਗੁਰੂ ਸਾਹਿਬ ਨੇ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਆਪਣੀ ਕੁਰਬਾਨ, ਜਾਨ ਕੁਰਬਾਨ ਕਰ ਦਿੱਤੀ। ਬਾਦਲ ਸਾਹਿਬ ਦੇ ਰਾਜ ਵਿੱਚ ਸਾਰੇ ਧਰਮਾਂ ਦੇ ਲੋਕ ਸੋਚਦੇ ਸੀ ਬਾਦਲ ਸਾਹਿਬ ਸਾਡੇ ਹੈ, ਕ੍ਰਿਸਚੀਅਨ ਵੀਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਹੈ, ਮੁਸਲਿਮ ਵੀਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਹੈ, ਹਿੰਦੂ ਭਰਾ ਸੋਚਦੇ ਸੀ ਬਾਦਲ ਸਾਹਿਬ ਸਾਡੇ ਹੈ। ਸਾਨੂੰ ਪਤਾ ਹੈ ਕਿ ਪੰਜਾਬ ਤਰ੍ਹਾਂ ਤੱਕੀ ਕਰੂਗਾ, ਆਪਾਂ ਸਾਰੇ ਭਰਾਵਾਂ ਵਾਂਗੂ ਰਹਾਂਗੇ।
ਦੂਜੀਆਂ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਵੋਟਾਂ ਲੈਣੀਆਂ ਚਾਹੁੰਦੇ ਆ, ਅਸੀਂ ਸਾਰਿਆਂ ਨੂੰ ਇਕੱਠੇ ਕਰਕੇ, ਕਿਉਂਕਿ ਸਾਨੂੰ ਪਤਾ ਇਹਦਾ ਨੁਕਸਾਨ ਕੀ ਹੈ। ਤੁਸੀਂ ਦੇਖ ਲਓ ਜੇ ਦਰਬਾਰ ਸਾਹਿਬ ਬਾਦਲ ਸਾਹਿਬ ਨੇ ਰਾਸਤੇ ਮਾਰ ਗਿਆ ਸਾਰਾ ਕਰਕੇ ਖੂਬਸੂਰਤ ਕੀਤਾ, ਉਵੇਂ ਹੀ ਦੁਰਗਿਆਨਾ ਮੰਦਿਰ ਨੂੰ ਬਣਾਇਆ, ਉਵੇਂ ਹੀ ਭਗਵਾਨ ਵਾਲਮੀਕਿ ਦੇ ਪਵਿੱਤਰ ਸਾਹਿਬ ਰਾਮ ਤੀਰਸ ਨੂੰ ਬਣਾਇਆ, ਉਵੇਂ ਗੁਰੂ ਰਵਿਦਾਸ ਜੀ ਮਹਾਰਾਜ ਦੇ ਕਲਾਰਗੜ ਸਾਹਿਬ ਉਹਨਾਂ ਨੇ ਡਿਵੈਲਪਮੈਂਟ ਕੀਤੀ। ਅੱਜ ਜੋ ਮੈਂ ਦੇਖ ਰਿਹਾ ਦੇਸ਼ ਵਿੱਚ, ਅੱਜ ਜੋ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਦੇ ਮੈਂ ਬਿਆਨ ਸੁਣ ਰਿਹਾ, ਬਹੁਤ ਖਤਰਨਾਕ ਬਿਆਨ ਹੈ। ਪਹਿਲੇ ਬਿਆਨ ਸੁਣਿਆ ਕਿ ਜੇ ਤੁਸੀਂ ਬੀਜੇਪੀ ਨੂੰ ਨਾ ਵੋਟਾਂ ਪਾਈਆਂ ਤੁਹਾਡੇ ਸਾਰਿਆਂ ਦੇ ਮੰਗਲ ਸੂਤਰ ਖੋਲ ਲੈਣਗੇ। 70 ਸਾਲ ਤੱਕ ਕਿਸੇ ਨੇ ਖੋਏ ਨਹੀਂ, ਹੁਣ ਕਿੱਥੇ ਖੋਲਣਗੇ। ਫਿਰ ਉਹਨਾਂ ਨੇ ਹੁਣ ਮੈਂ ਕੱਲ ਬਿਆਨ ਸੁਣਿਆ ਸੀ, ਮੈਂ ਤਾਂ ਪਤਾ ਨਹੀਂ ਇਹੋ ਜਿਹੇ ਬਿਆਨ, ਕੱਲ ਮੈਂ ਬਿਆਨ ਸੁਣਿਆ ਯੂਪੀ 'ਚ ਉਹਨਾਂ ਦਾ ਬਿਆਨ ਸੀ ਕਿ ਜੇ ਤੁਸੀਂ ਓਪੋਜੀਸ਼ਨ ਨੂੰ ਬਣਾ ਤਾ ਤੁਹਾਡੇ ਘਰਾਂ 'ਚ ਜਿਹੜੇ ਟੂਟੀਆਂ ਹੈ ਪਾਣੀ ਵਾਲੀਆਂ, ਪਾਣੀ ਨਿਕਲਦਾ ਟੂਟੀਆਂ ਪੱਟ ਕੇ ਲੈ ਜਾਣਗੇ, ਜਿਹੜੇ ਤੁਹਾਡੇ ਬਿਜਲੀ ਦੇ ਕਨੈਕਸ਼ਨ ਹੈ ਮੋਟਰਾਂ ਪੱਟ ਕੇ ਲੈ ਜਾਣਗੇ ਜੇ ਸਰਕਾਰ ਉਹਨਾਂ ਦੀ ਆ ਗਈ। ਕੋਈ ਇਹੋ ਜਿਹੇ ਬਿਆਨ ਪ੍ਰਧਾਨ ਮੰਤਰੀ ਨੂੰ ਦੇਣਾ ਚਾਹੀਦਾ, ਦੇਸ਼ ਕਿਵੇਂ ਅੱਗੇ ਲੈ ਕੇ ਜਾਵਾਂਗੇ, ਦੇਸ਼ ਵਾਸਤੇ ਕੀਤਾ ਕੀ ਹੈ। ਹੁਣ ਤਾਂ ਟੂਟੀਆਂ ਦੇ ਆ ਗਏ, ਮੋਟਰਾਂ ਦੇ ਆ ਗਏ, ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ, ਪੰਜਾਬ ਬਚਾ ਲਓ। ਆਪਾਂ ਪੱਲੇ ਪੈ ਗਏ ਹਾਂ ਇਹੋ ਜਿਹੇ ਮਾੜੇ ਬੰਦਿਆਂ ਦੇ, ਆ ਝਾੜੂ ਵਾਲੇ, ਤੁਸੀਂ ਉਮੀਦਵਾਰ ਤਾਂ ਦੇਖੇ ਹੀ ਨਹੀਂ, ਇਕੱਲਾ ਝਾੜੂ ਦੇਖਿਆ ਜਿਹੜਾ ਆਉਂਦਾ, ਅਸੀਂ ਝਾੜੂ ਬਾਅਦ 'ਚ ਪਤਾ ਲੱਗਿਆ ਕਿ ਉਮੀਦਵਾਰ ਆ ਸੀ। ਇਹਨਾਂ ਦੇ ਉਮੀਦਵਾਰ ਤੁਸੀਂ ਦੇਖ ਲਓ ਜਿਹੜੇ ਜਿੱਤੇ ਹੈ, ਕ੍ਰਿਮੀਨਲ ਰਿਕਾਰਡ ਆ ਸਾਰਿਆਂ, ਸਾਰੇ ਕ੍ਰਿਮੀਨਲ ਹੈ। ਜਿਹੜਾ ਬੰਦੇ ਨੇ ਮੇਰੇ ਖਿਲਾਫ ਲੜਿਆ ਸੀ ਝਾੜੂ ਵਾਲਾ ਜਿੱਤਿਆ ਹੈ, ਉਹ ਬਰੋਥਲ ਚਲਾਉਂਦਾ, ਲੜਕੀਆਂ ਦਾ ਵਪਾਰ ਕਰਦਾ, ਉਹਦਾ ਬਾਪ ਹਲੇ ਵੀ ਜੇਲ੍ਹ 'ਚ ਹੈ, ਉਹ ਆਪ ਮੈਂ ਫੋਟੋਆਂ ਦਿਖਾ ਦੂੰਗਾ, ਪੁਲਿਸ ਨੇ ਫੜ ਕੇ ਅੰਦਰ ਰੱਖਿਆ, ਬੈਂਕ ਉਹਨੇ ਲੁੱਟਿਆ, ਕਬਜ਼ੇ ਉਹਨਾਂ ਨੇ ਕੀਤੇ ਹੈ, ਹਲੇ ਵੀ ਕਰਦਾ ਹੈ, ਤੇ ਬਣਾਤਾ ਦੇਖੇ ਹੀ ਨਹੀਂ ਕਿਸੇ ਨੇ। ਦੇਖੋ ਪੰਜਾਬ ਨੂੰ ਸਮਝਣ ਵਾਲਾ ਅਕਾਲੀ ਦਲ ਹੀ ਹੈ, ਅਕਾਲੀ ਦਲ ਤਕੜਾ, ਤੁਸੀਂ ਸਾਰੇ ਤਕੜੇ ਹੋ, ਅਸੀਂ ਤੁਹਾਡੀ ਢਾਲ ਹੈ, ਤੁਹਾਡੀ ਫੌਜ ਹੈ, ਤੁਸੀਂ ਕਮਜ਼ੋਰ ਕਰਤਾ ਅਕਾਲੀ ਦਲ। ਆ 7-8 ਸਾਲਾਂ 'ਚ ਕਿੱਡਾ ਵੱਡਾ ਨੁਕਸਾਨ ਹੋਇਆ ਤੁਹਾਨੂੰ ਪਤਾ, ਆ ਬੀਜੇਪੀ ਨੇ ਸੋਚਿਆ ਕਿ ਹੁਣ ਇਹਨਾਂ ਨੂੰ ਰਗੜ ਦਿਓ, ਅਕਾਲੀ ਦਲ ਕਮਜ਼ੋਰ ਹੋ ਗਿਆ, ਤਖ਼ਤ ਹਜ਼ੂਰ ਸਾਹਿਬ ਤੇ RSS ਨੇ ਕਬਜ਼ਾ ਕਰ ਲਿਆ, ਤਖ਼ਤ ਪਟਨਾ ਸਾਹਿਬ ਤੇ ਕਬਜ਼ਾ ਕਰ ਲਿਆ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ RSS ਕਬਜ਼ਾ ਹੋ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਜਿਹੜੇ ਅੰਗਰੇਜ਼ ਨਹੀਂ ਤੋੜ ਸਕੇ ਉਹਨਾਂ ਨੇ ਤੋੜਤੀ, ਤੇ ਉੱਥੇ RSS ਬਿਠਾ ਤਾ, ਤੇ ਜਦੋਂ ਸਾਰਾ ਕੁਛ ਹੀ ਹੋ ਗਿਆ ਫਿਰ ਉਦੋਂ ਜਾਗੋਗੇ।